ਹਾਂਜੀ, ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਰੀਪਰ ਦੇ ਥਰੈਸ਼ਰ ਵਾਲੇ ਬੈਰਿੰਗ ਹੈ ਜਿਹੜਾ ਉਹ ਕਿਵੇਂ ਬਾਹਰ ਕੱਢਿਆ ਜਾ ਸਕਦਾ, ਆਸਾਨ ਤਰੀਕਾ ਨੂੰ ਕੱਢਣ ਦਾ। ਬਾਕੀ ਇੱਕ ਗੱਲ ਦੱਸ ਦਿਓ ਤੁਹਾਨੂੰ, ਬਾਕੀ ਇਹ ਸਾਡਾ ਰੀਪਰ ਨਿਕਲਿਆ ਪੂਰਾ ਫੁੱਦੂ ਹੈ ਸਾਡੇ ਕੋਲ, ਤੀਜਾ ਬੈਰਿੰਗ ਪੈ ਰਿਹਾ ਇਹਦੇ 'ਚ ਥਰੈਸ਼ਰ ਵਾਲਾ, ਪਰਲੀ ਸਾਈਡ ਦਾ ਵੀ ਪੈ ਗਿਆ, ਉਰਲਾ ਇੱਕ ਵਾਰ ਪੈ ਗਿਆ, ਹੁਣ ਦੂਜੀ ਵਾਰ ਪੈਣ ਲੱਗਿਆ, ਤੀਸਰਾ ਸੀਜ਼ਨ ਹੈ ਮੰਨ ਲਓ ਰੀਪਰ ਦਾ। ਅਤੇ ਆਹ ਪੁੱਲਰ ਹੈਗਾ ਦੇਖੋ, ਬੈਰਿੰਗ ਨੂੰ ਬਾਹਰ ਕੱਢਣ ਵਾਸਤੇ ਖਿੱਚ ਕੇ ਹੁਣ ਦਿਖਾਉਂਦੇ ਹਾਂ ਵੀ ਕਿਸ ਤਰ੍ਹਾਂ ਲੱਗੇਗਾ। ਹਾਂਜੀ, ਆਹ ਵੇਖ ਸਕਦੇ ਹੋ ਬੈਰਿੰਗ ਕੱਢਣ ਵਾਸਤੇ ਪੁੱਲਰ ਲਾਇਆ ਗਿਆ ਇਹਦੇ 'ਤੇ, ਉਸ ਤਰ੍ਹਾਂ ਕੱਢਣਾ ਬਹੁਤ ਹੀ ਔਖਾ ਹੁੰਦਾ ਇਹਨੂੰ, ਹੁਣ ਪੁੱਲਰ ਨਾਲ ਇਹਨੂੰ ਕੱਢਿਆ ਜਾਏਗਾ, ਪੁਲੀਆਂ ਤਾਰ ਕੇ ਬੈਲਟਾਂ ਤਾਰ ਕੇ, ਅਤੇ ਫਿਰ ਉਸ ਤਰ੍ਹਾਂ ਲੱਗਾ ਦੇਖੋ। ਫਿਰ ਲੰਬੇ ਜਿਹੇ ਨਟ ਨੂੰ ਟਾਈਟ ਕਰਦੇ ਜਾਵਾਂਗੇ ਅਤੇ ਉਹ ਬੈਰਿੰਗ ਜਿਹੜਾ ਬਾਹਰ ਆਉਂਦਾ ਜਾਏਗਾ, ਅਤੇ ਹਾਰਡ 'ਚ ਜਗ੍ਹਾ ਦਿੱਤੀ ਹੁੰਦੀ ਹੈ ਇੱਥੇ, ਖੱਡਾ ਜਿਹਾ ਮਾਰਿਆ ਹੁੰਦਾ ਪੁੱਲਰ ਲਾਉਣ ਵਾਸਤੇ। ਉਹ ਬੈਰਿੰਗ ਦੀ ਅੰਦਰ ਸੀਟ ਵੀ ਘਸ ਗਈ, ਤਿੰਨ ਸਟੈਪ ਬਣ ਗਏ ਨੇ ਇਹਦੇ ਨਾਲ ਚੜਾਉਣਾ ਪਏਗਾ ਜਦੋਂ।